ਸਤਿ ਸ਼੍ਰੀ ਅਕਾਲ ਦੋਸਤੋ, ਪਿੰਡ ਸੀਰੀਜ਼ ਦੀ ਇੱਕ ਹੋਰ ਨਵੀਂ ਵੀਡੀਓ 'ਚ ਤੁਹਾਡਾ ਸਭ ਦਾ ਸਵਾਗਤ ਕੀਤਾ ਜਾਂਦਾ ਜੀ। ਦੋਸਤੋ, ਸਭ ਤੋਂ ਪਹਿਲਾਂ ਤਾਂ ਪੰਜਾਬੀ ਇੰਡਸਟਰੀ ਹਰੇਕ ਅਪਡੇਟ ਸਭ ਤੋਂ ਪਹਿਲਾਂ ਪਾਉਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ। ਅਤੇ ਆਓ ਦੋਸਤੋ, ਕਰਦੇ ਹੁਣ ਆਪਣੀ ਅੱਜ ਦੀ ਵੀਡੀਓ ਦੀ ਸ਼ੁਰੂਆਤ। ਦੋਸਤੋ, ਜੇਕਰ ਤੁਸੀਂ ਨਹੀਂ ਜਾਣਦੇ ਤਾਂ ਤੁਹਾਨੂੰ ਦੱਸ ਦਈਏ, ਬੱਬੂ ਮਾਨ ਦੇ ਨਾਮ 'ਤੇ ਵਿਕਟਰ ਜੌਨ ਦੇ ਨਾਲ ਕੁਝ ਮਹੀਨੇ ਪਹਿਲਾਂ ਇੱਕ ਬਹੁਤ ਵੱਡੀ ਕੰਟਰੋਵਰਸੀ ਹੋਈ ਸੀ। ਦੋਸਤੋ, ਤੁਹਾਨੂੰ ਦੱਸ ਦਈਏ, ਦਰਅਸਲ ਵਿਕਟਰ ਜੌਨ ਦੀ ਇੱਕ ਚੈਨਲ ਦੇ ਨਾਲ ਇੰਟਰਵਿਊ ਹੋਈ ਸੀ ਜਿਸ ਵਿੱਚ ਕਿ ਵਿਕਟਰ ਜੌਨ ਨੇ ਗੱਲਬਾਤ ਕੀਤੀ ਸੀ ਮਾਨ ਸਾਹਿਬ ਬਾਰੇ। ਦੋਸਤੋ, ਉਸੇ ਕਲਿੱਪ ਨੂੰ ਹੀ ਹੁਣ ਕੁਝ ਦਿਨ ਪਹਿਲਾਂ ਹੀ ਵਿਕਟਰ ਜੌਨ ਨੇ ਉਹ ਕਲਿੱਪ ਜਿਸ ਵਿੱਚ ਕਿ ਉਹ ਬੱਬੂ ਮਾਨ ਬਾਰੇ ਬੋਲਿਆ ਸੀ ਉਸ ਨੂੰ ਆਪਣੇ ਫੇਸਬੁੱਕ ਦੇ ਅਫੀਸ਼ੀਅਲ ਪੇਜ ਉੱਪਰ ਅਪਲੋਡ ਕੀਤਾ ਸੀ। ਦੋਸਤੋ, ਬੱਬੂ ਮਾਨ ਬਾਰੇ ਬੋਲਣ ਕਰਕੇ ਇੱਕ ਕੰਪਨੀ ਦੇ ਵੱਲੋਂ ਵਿਕਟਰ ਜੌਨ ਦੀ ਉਹ ਵੀਡੀਓ ਹਟਵਾ ਦਿੱਤੀ ਗਈ ਅਤੇ ਇਹ ਗੱਲ ਕਹੀ ਗਈ ਕਿ ਇਹ ਸਾਡੀ ਵੀਡੀਓ ਹੈ ਅਤੇ ਇਸ ਵਿੱਚ ਅਸਲ ਵਿੱਚ ਵਿਕਟਰ ਜੌਨ ਹੀ ਸਨ ਅਤੇ ਉਹ ਬੋਲ ਰਹੇ ਸਨ ਮਾਨ ਸਾਹਿਬ ਬਾਰੇ। ਪਰ ਦੋਸਤੋ, ਮਾਨ ਸਾਹਿਬ ਬਾਰੇ ਬੋਲਣ ਕਰਕੇ ਵਿਕਟਰ ਜੌਨ ਦੀ ਉਸ ਦੇ ਅਕਾਊਂਟ ਉੱਪਰ ਉਹ ਵੀਡੀਓ ਡਿਲੀਟ ਕਰਵਾ ਦਿੱਤੀ ਗਈ ਸੀ ਜਿਸ ਬਾਰੇ ਕਿ ਵਿਕਟਰ ਜੌਨ ਨੇ ਕੁਝ ਚੈਨਲਾਂ ਦੇ ਨਾਲ ਇੰਟਰਵਿਊ ਦੇ ਵਿੱਚ ਵੀ ਦੱਸਿਆ ਸੀ। ਅਤੇ ਇਸ ਤੋਂ ਬਾਅਦ ਦੋਸਤੋ, ਅੱਜ ਰਾਤ ਵਿਕਟਰ ਜੌਨ ਨੇ ਫਿਰ ਇੱਕ ਸਟੋਰੀਆਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਵਿੱਚ ਕਿ ਉਹ ਸ਼ੂਟ ਕਰ ਰਹੇ ਹਨ ਆਪਣੇ ਕਿਸੇ ਨਵੇਂ ਪ੍ਰੋਜੈਕਟ ਦਾ। ਪਰ ਦੋਸਤੋ, ਉੱਥੇ ਹੀ ਉਹ ਬੋਲੇ ਮਾਨ ਸਾਹਿਬ ਦੇ ਬਾਰੇ। ਤੁਹਾਨੂੰ ਦੱਸ ਦਈਏ, ਜਦੋਂ ਤੋਂ ਵਿਕਟਰ ਜੌਨ ਦੀ ਉਹ ਕੰਟਰੋਵਰਸੀ ਖਤਮ ਹੋਈ ਸੀ ਉਸ ਤੋਂ ਬਾਅਦ ਵਿੱਚ ਇੰਨੇ ਮਹੀਨਿਆਂ ਬਾਅਦ ਅੱਜ ਜਾ ਕੇ ਵਿਕਟਰ ਜੌਨ ਮਾਨ ਸਾਹਿਬ ਬਾਰੇ ਫਿਰ ਬੋਲਿਆ ਹੈ। ਅਤੇ ਦੋਸਤੋ, ਹੁਣ ਤੁਹਾਨੂੰ ਲੈ ਚੱਲਦੇ ਹਾਂ ਸੋ ਵੀਡੀਓ ਦੇ ਵੱਲ। ਜ਼ਿੰਦਾਬਾਦ ਬੱਬੂ ਮਾਨ, ਜ਼ਿੰਦਾਬਾਦ। ਆਏ, ਆਹ ਦੇਖੋ ਜੀ, ਇਹ ਕਹਿਣ ਦੀ ਗੱਲ ਨੀ ਹੈਗੀ, ਆ ਲਓ। ਬੱਬੂ ਮਾਨ ਜ਼ਿੰਦਾਬਾਦ, ਯਾ ਲਵ ਯੂ ਆ ਬਹੂ ਬਾਈ। ਜਿਹੜਾ ਬੰਦਾ 10 ਸਾਲ ਪਹਿਲਾਂ ਗੱਲਾਂ ਕਹਿ ਗਿਆ ਹੋਵੇ ਅੱਜ ਪੂਰੀਆਂ ਹੋਣ, ਉਹ ਜ਼ਿੰਦਾਬਾਦ ਆ। ਇਹ ਬਾਈ ਆਪਣਾ ਬਾਈ ਦੱਸ ਮੈਨੂੰ ਅੰਮ੍ਰਿਤਸਰ। ਦੋਸਤੋ, ਤੁਹਾਨੂੰ ਦੱਸ ਦਈਏ, ਵਿਕਟਰ ਜੌਨ ਦੇ ਵੱਲੋਂ ਪਾਈ ਗਈ ਇਹ ਵੀਡੀਓ ਉਹਨਾਂ ਵਿਰੋਧੀਆਂ ਦੇ ਜ਼ਖਮਾਂ ਪਰ ਲੂਣ ਦਾ ਕੰਮ ਕਰ ਰਹੀ ਹੈ ਜੋ ਕਿ ਪਹਿਲਾਂ ਵਿਕਟਰ ਜੌਨ ਦੀ ਵੀਡੀਓ ਹਟਵਾ ਚੁੱਕੇ ਹਨ ਬਿਨਾਂ ਕਿਸੇ ਕੰਮ ਤੋਂ, ਜਿਸ ਵਿੱਚ ਕਿ ਉਹ ਸਿਰਫ ਮਾਨ ਸਾਹਿਬ ਦੀ ਤਾਰੀਫ ਕਰ ਰਹੇ ਸੀ। ਦੋਸਤੋ, ਇਸ ਤੋਂ ਬਾਅਦ 'ਚ ਗੱਲ ਕਰ ਲੈਂਦੇ ਮਾਨ ਸਾਹਿਬ ਬਾਰੇ ਇੱਕ ਹੋਰ ਬਹੁਤ ਵੱਡੀ ਅਪਡੇਟ ਦੀ। ਦੋਸਤੋ, ਤੁਸੀਂ ਵੀ ਜਾਣਦੇ ਹੋ ਕਿ ਵੱਡਾ ਗਰੇਵਾਲ ਮਾਨ ਸਾਹਿਬ ਦੇ ਬਹੁਤ ਵੱਡੇ ਫੈਨ ਹਨ ਅਤੇ ਵੱਡਾ ਗਰੇਵਾਲ ਨੇ ਹੁਣ ਤੱਕ ਮਾਨ ਸਾਹਿਬ ਦੇ ਲਈ ਵੀ ਇੱਕ ਸੌਂਗ ਬਣਾਇਆ ਸੀ। ਅਤੇ ਇਸ ਤੋਂ ਬਾਅਦ ਵਿੱਚ ਤੁਹਾਨੂੰ ਦੱਸ ਦਈਏ, ਸਮੇਂ ਸਮੇਂ 'ਤੇ ਆਏ ਟਾਈਮ ਹੀ ਉਹ ਇਹ ਦੱਸਦੇ ਰਹਿੰਦੇ ਹਨ ਕਿ ਮਾਨ ਸਾਹਿਬ ਦੀਆਂ ਕੈਸਟਾਂ ਹਨ, ਉਹਨਾਂ ਨੇ ਬਹੁਤ ਪੁਰਾਣੇ ਸਮੇਂ ਵਿੱਚ ਜਦਕਿ ਉਹਨਾਂ ਕੋਲ ਪੈਸੇ ਵੀ ਨਹੀਂ ਸੀ ਤਦ ਵੀ ਉਹ ਕਿਸੇ ਨਾ ਕਿਸੇ ਤਰ੍ਹਾਂ ਉਹ ਕੈਸਟਾਂ ਖਰੀਦਦੇ ਰਹੇ ਹਨ। ਅਤੇ ਜਿਸ ਤੋਂ ਕਿ ਪਤਾ ਲੱਗਦਾ ਹੈ ਕਿ ਵੱਡਾ ਗਰੇਵਾਲ ਮਾਨ ਸਾਹਿਬ ਦਾ ਕਿੰਨਾ ਕੁ ਵੱਡਾ ਫੈਨ ਹੈ। ਤਾਂ ਦੋਸਤੋ, ਇਸੇ ਤਰ੍ਹਾਂ ਹੀ ਫਿਰ ਕੱਟੜ ਫੈਨ ਦਾ ਸਬੂਤ ਦਿੰਦੇ ਹੋਏ ਵੱਡਾ ਗਰੇਵਾਲ ਨੇ ਕੁਝ ਸਟੋਰੀਆਂ ਸ਼ੇਅਰ ਕੀਤੀਆਂ ਜਿੱਥੇ ਕਿ ਉਹਨਾਂ ਨੇ ਦਿਖਾਈ ਮਾਨ ਸਾਹਿਬ ਦੀ ਕੈਸਟ ਅਤੇ ਮਾਨ ਸਾਹਿਬ ਨੂੰ ਟੈਗ ਵੀ ਕੀਤਾ। ਤੁਹਾਨੂੰ ਦੱਸ ਦਈਏ, ਇਸ ਦੇ ਥੱਲੇ ਉਹਨਾਂ ਨੇ ਲਿਖਿਆ ਰੱਬ ਨੇ ਬਣਾਈਆਂ ਜੋੜੀਆਂ। ਤੁਹਾਨੂੰ ਦੋਸਤੋ ਦੱਸ ਦਈਏ ਕਿ ਇਹ ਓਰੀਜਨਲ ਕੈਸਟ ਸੀ ਜੋ ਕਿ ਉਸ ਸਮੇਂ ਵਿੱਚ ਬਹੁਤ ਜ਼ਿਆਦਾ ਮਹਿੰਗੀਆਂ ਮੰਨੀਆਂ ਜਾਂਦੀਆਂ ਸੀ ਜੋ ਕਿ ਵੱਡਾ ਗਰੇਵਾਲ ਨੇ ਖੁਦ ਖਰੀਦੀਆਂ ਸੀ। ਅਤੇ ਇਸ ਤਰ੍ਹਾਂ ਦੀ ਹੋਰ ਵੀ ਬਹੁਤ ਸਾਰੀਆਂ ਮਾਨ ਸਾਹਿਬ ਦੀਆਂ ਪੁਰਾਣੀਆਂ ਚੀਜ਼ਾਂ ਜੋ ਕਿ ਅੱਜ ਕਿਸੇ ਕੋਲ ਹੀ ਪਈਆਂ ਹਨ, ਉਹ ਵੀ ਮਾਨ ਸਾਹਿਬ ਦੇ ਕੱਟੜ ਫੈਨ ਵੱਡਾ ਗਰੇਵਾਲ ਨੇ ਸਾਂਭ ਕੇ ਰੱਖੀਆਂ ਹੋਈਆਂ ਹਨ। ਦੋਸਤੋ, ਹੁਣ ਤੁਸੀਂ ਕਹਿਣਾ ਚਾਹੋਗੇ ਇਹਨਾਂ ਅਪਡੇਟਸ ਬਾਰੇ ਅਤੇ ਮਾਨ ਸਾਹਿਬ ਦੇ ਬਾਰੇ ਕਮੈਂਟਾਂ ਦੇ ਵਿੱਚ ਸਾਨੂੰ ਇਹ ਜ਼ਰੂਰ ਦੱਸਿਓ ਅਤੇ ਅਗਲੀ ਅਪਡੇਟ ਨੂੰ ਸਭ ਤੋਂ ਪਹਿਲਾਂ ਪਾਉਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ।